ਪਰ ਇੰਨੇ ਬੰਦੇ ਨੇ ਸਾਨੂੰ ਦਿਲ 'ਚ ਰੱਖੀ ਪਰ ਸਾਨੂੰ ਦੱਸਿਆ ਨਹੀਂ। ਬਿੰਦਰ ਸਿੰਘ ਜੀ ਇੱਧਰ ਕੀ ਲੱਗਦਾ ਸੀ ਆਪਣਾ ਭਾਂਜਾ ਜੀ ਮੇਰਾ ਕੀ ਨਾਮ ਸੀ ਲਵਪ੍ਰੀਤ ਸਿੰਘ ਜੀ ਕਿੰਨੀ ਉਮਰ ਉਮਰ 27 ਸਾਲ ਸੀ ਜੀ ਅਤੇ ਕੀ ਕੀਤਾ ਇਹਨੇ ਜਿਹੜਾ ਬਸ ਜੀ ਸੋਹਰਾਂ ਤੋਂ ਤੰਗ ਹੋ ਕੇ ਇਹਨੇ ਕਦਮ ਕੀਤਾ ਸਰ ਜੀ ਸਰ ਕੀਤਾ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀ ਤਲਵੰਡੀ ਭਾਈ ਦਾ ਜੀ ਹਾਂਜੀ ਤਲਵੰਡੀ ਭਾਈ ਦਾ ਰਹਿਣ ਕੀ ਕਰਦਾ ਸੀ ਇਹ ਆਪਣੀ ਦੁਕਾਨ ਦਾ ਕੰਮ ਕਰਦੇ ਸੀ ਮਾਮੇ ਦੀ ਦੁਕਾਨ ਤੇ ਜੀ ਬੇਕਰੀ ਵਾਲ ਦੇ ਬੇਕਰੀ ਵਾਲੇ ਹਾਂਜੀ ਉੱਥੇ ਕੰਮ ਕਰਦੇ ਸੀ ਦੋਵੇਂ ਅਸੀਂ ਤੇ ਵਿਆਹ ਕਿੱਥੇ ਸੀ ਤੁੰਬੜਪਨ ਜੀ ਤੁੰਬੜਪਨ ਹਾਂਜੀ ਕੀ ਸੋਹਰਾ ਪਰਿਵਾਰ ਕੀ ਕਹਿੰਦਾ ਬਸ ਜੀ ਸੋਹਰਾ ਪਰਿਵਾਰ ਜੀ ਤੰਗ ਬਹੁਤ ਕਰਦਾ ਸੀ ਇਹਨੂੰ ਵਿਆਹ ਨੂੰ 20 ਦਿਨ ਹੋਏ ਸੀਗੇ ਤੇ ਇਹਦੇ ਮਾਤਾ ਜੀ ਇਹਦੇ ਹੈਗੇ ਆ ਸੱਸ ਦੀ ਪਹਿਲਾਂ ਹੀ ਆ ਗਏ ਸੀ ਲੈ ਗਏ ਰਾਤ ਨੂੰ 12 ਵਜੇ ਕੁੜੀ ਲੈਂਦੇ ਸੀਗੇ ਦੋ ਹਾਂ ਦੋ ਤਿੰਨ ਵਿੱਚ ਚਾਂਸ ਹੋਏ ਸੀ ਇਹਨਾਂ ਦੇ ਹਾਂਜੀ ਹਾਂਜੀ ਉਹ ਕਹਿੰਦੇ ਸੀ ਕੁੜੀ ਐਵੇਂ ਤੋੜਦੀ ਨੀ ਕੁੜੀ ਮੈਂ ਤਲਾਕ ਲੈਣਾ ਵਾ ਹਾਂਜੀ ਹਾਂਜੀ ਬਹੁਤ ਲਿਖਿਆ ਬਾਜੀ ਉਹਨੇ ਬਸ ਉਹਦੇ ਸਹੁਰੇ ਮੁਤਾਬਕ ਲਿਖਿਆ ਕਿ ਉਹਨੇ ਮਤਲਬ ਕਿ ਕਿਹਾ ਕਿ ਜਦੋਂ ਮੈਂ ਸਾਨੂੰ ਮਰਨ ਦਾ ਦੋਸ਼ੀ ਸਾਡੇ ਮੈਂ ਸਹੁਰੇ ਪਰਿਵਾਰ ਹੀ ਆ ਸਾਰੇ ਨੋਟਿਸ ਲਿਖਿਆ ਹਾਂਜੀ ਹਾਂਜੀ ਸੁਸਾਈਡ ਨੋਟਿਸ ਮਿਲਿਆ ਹਾਂਜੀ ਹਾਂਜੀ ਨਹਿਰ ਤੋਂ ਨਹਿਰ ਤੋਂ ਮਿਲਿਆ ਹਾਂਜੀ ਮੋਟਰਸਾਈਕਲ ਵਿੱਚ ਪਿਆ ਹਾਂਜੀ ਤੇ ਉਸ ਤੋਂ ਬਾਅਦ ਨਹਿਰ ਚੜ ਮਾਰ ਕੇ ਹਾਂਜੀ ਸਰਾਂਗ ਮਾਰ ਗਏ ਤੁਹਾਨੂੰ ਡੈੱਡ ਬੋਡੀ ਕਿਵੇਂ ਮਿਲੀ ਸਾਨੂੰ ਡੈੱਡ ਮਿਲੀ ਜੀ ਆਪਣਾ ਠੇਠ ਕਲਾ ਪਿੰਡ ਆ ਜੀ ਕਿਸੇ ਨੇ ਤਲਾਹ ਦਿੱਤੀ ਜਾਂ ਪੜਤਾਲ ਕੀਤੀ ਪੜਤਾਲ ਕੀਤੀ ਸੀ ਅਸੀਂ ਕਿੱਥੇ ਪਿਆ ਸੀ ਵਾਹਣ ਤੇ ਪਿਆ ਸੀ ਜੰਦਾ ਵਾਹਣ ਚ ਨਹੀਂ ਆਪਣੇ ਅੱਗੇ ਨਾ ਵੀ ਆ ਜਾਂਦੀ ਜੀ ਕੱਚੀ ਲੀ ਉੱਥੇ ਜਾ ਕੇ ਮਿਲਿਆ ਸਾਨੂੰ ਬ੍ਰਹਮ ਤਾਂ ਮੁੰਡੇ ਦਾ ਕਿਸ ਤਰ੍ਹਾਂ ਘਰੋਂ ਗਿਆ ਸੀ ਕਿ ਵਾਪਸ ਹੈ ਕੀ ਕਰ ਉਹ ਦੁਕਾਨ ਤੇ ਗਿਆ ਸੀ ਜੀ ਵਾਪਸ ਦੁਕਾਨ ਤੋਂ ਹਾਂ ਸਿੱਧਾ ਆਪਾਂ ਰਾਤ ਨੂੰ ਜਾ ਵੜਿਆ ਜੀ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਜੀ ਯਾਰ ਛਾਲ ਮਾਰਤੀ ਹਾਂਜੀ ਛਲਾਂਗ ਮਾਰਤੀ ਜੀ ਰਾਤ ਨੂੰ 10 ਵਜੇ ਸੀ ਅੰਦਾਜ਼ਾ 9 ਵਜੇ ਜੀ ਕੀ ਤੁਹਾਨੂੰ ਮਿਲਿਆ ਜਿਹੜਾ ਰਹਿ ਸਕੀ ਔਰ ਮੋਟਰਸਾਈਕਲ ਵਿੱਚ ਜੀ ਆਪਣਾ ਇਹਦਾ ਸੈਸਲ ਲੈਟਰ ਸੀਗਾ ਜਿਹੜਾ ਜੀ ਉਹ ਮਿਲਿਆ ਵਾ ਠੀਕ ਆ ਜੀ ਤੇ ਚੱਪਲਾਂ ਬਰਾਮਦ ਹੋਈਆਂ ਜੀ ਮੌਕੇ ਵਾਰਦਾਤ ਤੋਂ ਮੋਟਰਸਾਈਕਲ ਵੀ ਖੜਾ ਹਾਂਜੀ ਮੋਟਰਸਾਈਕਲ ਖੜਾ ਸੀ ਉੱਥੇ ਜੀ ਭਾਲ ਕੀਤੀ ਤੇ ਲਹਿਰ ਤੇ ਮਿਲਿਆ ਹਾਂਜੀ ਔਰ ਕਾਰਵਾਈ ਦੀ ਕੀ ਬਸ ਸਾਡੇ ਇਹ ਸੀ ਇਨਸਾਫ ਹੋ ਜਾਂਦਾ ਜੀ ਦੱਸਾਂ ਜਿਹੜੇ ਪਰਚੇ ਦਰਜ ਕੀਤੇ ਆ ਜੀ ਦਹੇ ਦਹੇ ਬੰਦੇ ਮਤਲਬ ਉੱਥੇ ਹੋਣ ਜਾਂਦੇ ਥਾਣੇ ਵਿੱਚ ਮਾਂ ਪਿਓ ਦਾ ਕੱਲਾ ਹੀ ਕੱਲਾ ਪੁੱਤ ਸੀਗਾ ਜੀ ਕੱਲਾ ਹੀ ਪੁੱਤ ਸੀਗਾ ਹਾਂਜੀ ਹਾਂਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਲੋਪੋ ਹੈ ਜੀ ਇਹ 27-28 ਸਾਲਾਂ ਦੀ ਉਮਰ ਸੀਗੀ ਜੀ ਅਤੇ ਇਹਨਾਂ ਨੇ ਜਿਹੜਾ ਸਹੁਰਾ ਪਰਿਵਾਰ ਇਹਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀਗਾ ਜੀ ਉਹਨਾਂ 'ਤੇ ਤੰਗ ਪਰੇਸ਼ਾਨ ਕਰਕੇ ਉਹਨਾਂ ਨੇ ਸੁਸਾਈਡ ਦਾ ਨੋਟ ਲੈ ਕੇ ਅਤੇ ਉਹਨਾਂ ਦੇ ਘਰ ਕਿੰਨੀ ਦੇਰ ਕਿੱਥੇ ਵਿਆਹਿਆ ਸੀਗਾ ਇਹ ਤੁੰਬੜਪਨ ਵਿਆਹਿਆ ਹੋਇਆ ਸੀਗਾ ਜੀ ਕਿੰਨੀ ਦੇਰ ਪਹਿਲਾਂ ਵਿਆਹਿਆ ਇਹਨੂੰ ਹਜੇ 5 ਮਹੀਨੇ ਹੀ ਹੋਏ ਸੀ ਵਿਆਹ ਨੂੰ ਹਾਂਜੀ ਤੰਗ ਪਰੇਸ਼ਾਨ ਕਰਦੇ ਹਾਂਜੀ ਹਾਂਜੀ ਪਹਿਲਾਂ ਹੀ ਟੋਰਚਰ ਕਰਦੇ ਸੀ ਉਹਨੂੰ ਗਾਲੀ ਗਲੋਚ ਪੰਚਾਇਤੀ ਰਾਹੀਂ 2-3 ਵਾਰੀ ਲਿਆਇਆ ਗਿਆ ਇਹਨੂੰ ਪਹਿਲਾਂ ਵੀ ਹਾਂਜੀ ਪੰਚਾਇਤ ਰਾਹੀਂ 2-3 ਵਾਰੀ ਲਿਆਇਆ ਗਿਆ ਉਹ ਰਹਿੰਦੇ ਰਹਿਣ ਨਹੀਂ ਦਿੰਦੇ ਸੀ ਇੱਥੇ ਨਹੀਂ ਨਹੀਂ ਰਹਿੰਦੀ ਜੀ ਕੁੱਟਮਾਰ ਵੀ ਕਰਦੇ ਸੀਗੇ ਨਹੀਂ ਕੁੱਟਮਾਰ ਤਾਂ ਨਹੀਂ ਵੈਸੇ ਗਾਲੀ ਗਲੋਚ ਉਹਨੂੰ ਪਰੇਸ਼ਾਨ ਹੀ ਕਰਦੇ ਸੀਗੇ ਉਹ ਕੁੜੀ ਦਾ ਕਰਦਾ ਬਹੁਤ ਸੀ ਉਹਨੂੰ ਰੱਖ ਕੇ ਵੀ ਖੁਸ਼ ਸੀ ਪਰ ਉਹ ਰਹਿਣ ਹੀ ਨਹੀਂ ਦਿੰਦੇ ਸੀਗੇ ਜੀ ਇੱਥੇ ਨੂੰ ਤੰਗ ਆ ਕੇ ਸੁਸਾਈਡ ਕੀਤਾ ਹਾਂ ਤੰਗ ਆ ਕੇ ਜੀ ਉਹਨਾਂ ਨੇ ਫਿਰ ਇਹ ਉਹਦੇ ਕੋਈ ਹੱਲ ਹੀ ਨਹੀਂ ਰਿਹਾ ਕਿੱਥੇ ਡੁੱਬਿਆ ਇਹ ਜੀ ਘੱਲ ਕਾਲਾਂ ਦੀ ਨਹਿਰ ਆ ਜੀ ਕਰਦਾ ਕੀ ਕੰਮ ਕੀ ਕਰਦਾ ਇਹ ਵਿਕਰੀ ਵਾਲੀ ਦੁਕਾਨ ਤੇ ਜੀ ਆਈਸਕ੍ਰੀਮ ਪੇਸਟਰੀ ਵਾਲੀ ਦੁਕਾਨ ਤੇ ਲੱਗਿਆ ਸੀ ਮਾਮੇ ਦੀ ਦੁਕਾਨ ਤੇ ਕੰਮ ਤੇ ਗਿਆ ਕਰੋ ਹਾਂਜੀ ਘਰੇ ਕੰਮ ਤੋਂ ਗਿਆ ਜੀ ਇਹ ਤੇ ਉਦੋਂ ਬਾਅਦ ਚ 9:30 ਵਜੇ ਉੱਥੇ ਜਦੋਂ ਕੰਮ ਤੋਂ ਨਿਕਲਿਆ ਘਰ ਵਾਪਸ ਨਹੀਂ ਆਇਆ ਭਾਲ ਕੀਤੀ ਤੇ ਕਿੱਥੇ ਮਿਲਿਆ ਭਾਲ ਕੀਤੀ ਜੀ ਉਹਦੇ ਅਸੀਂ ਰਾਤ ਸਾਰੇ ਭਾਲਦੇ ਰਹੇ ਕਿਤੇ ਨਹੀਂ ਮਿਲਿਆ ਦੂਜੇ ਦਿਨ ਜਾ ਕੇ ਸਾਨੂੰ ਭਾਲ ਕੀਤੀ ਤੇ ਇਹਦਾ ਮੋਟਰਸਾਈਕਲ ਤੇ ਚੱਪਲਾਂ ਸਾਨੂੰ ਨਹਿਰ ਚੋਂ ਮਿਲਿਆ ਹਾਂਜੀ ਸਹੁਰਾ ਪਰਿਵਾਰ ਦੇ ਜਿਹੜੀ ਕਾਰਵਾਈ ਕੀ ਮੰਗ ਇਹ ਹੈ ਜੀ ਸਾਨੂੰ ਸਾਫ਼ ਮਿਲਣਾ ਚਾਹੀਦਾ ਜੀ ਉਹਨਾਂ ਨੂੰ ਸਾਰਿਆਂ ਨੂੰ
ਰੈਸਟ ਕੀਤਾ ਜਾਵੇ ਜੀ। ਮੇਰਾ ਨਾਂ ਤੇਜਿੰਦਰ ਕੁਮਾਰ ਜੀ। ਤੇਜਿੰਦਰ ਕੀ ਲੱਗਦਾ ਸੀਗਾ? ਮੇਰਾ ਭਰਾ ਜੀ, ਭੂਆ ਦਾ ਮੁੰਡਾ ਜੀ। ਭੂਆ ਦਾ ਮੁੰਡਾ, ਹਾਂਜੀ। ਕੀ ਕਿੰਨੀਆਂ ਭੈਣਾਂ ਦਾ ਭਰਾ? ਇਹ ਦੋ ਭੈਣਾਂ ਦਾ ਭਰਾ ਜੀ, ਇਕੱਲਾ ਇਕੱਲਾ ਜੀ। ਇਕੱਲਾ ਇਕੱਲਾ ਸੀਗਾ, ਹਾਂਜੀ। ਤੇ ਕੀ ਹੋਇਆ ਜਿਹੜੀ ਇਹਨੂੰ ਇੰਨੀ ਨੌਬਤ ਆ ਗਈ? ਨੌਬਤ ਇਹਨੇ ਸਹੁਰਿਆਂ ਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਸੀ, ਪਰ ਇਹਨੇ ਬੰਦੇ ਨੇ ਸਾਨੂੰ ਦਿਲ 'ਚ ਰੱਖੀ, ਪਰ ਸਾਨੂੰ ਦੱਸਿਆ ਨਹੀਂ। ਅਸੀਂ ਇਹਦੇ ਨਾਲ ਇੱਕ ਦੋ ਵਾਰੀ ਖੜ੍ਹੇ ਹਾਂ ਜੀ ਨਾਲ ਜ਼ਰੂਰ, ਪਰ ਇਸ ਬੰਦੇ ਨੇ ਸਾਨੂੰ ਇੰਨਾ ਨਹੀਂ ਪਤਾ ਜੀ। ਇਹਨੂੰ ਰਾਤ ਨੂੰ ਅੱਧੀ ਰਾਤ ਨੂੰ ਆਣ ਕੇ ਆਪਦੀ ਕੁੜੀ ਨੂੰ ਲੈ ਜਾਂਦੇ ਸੀ, ਭੂਆ ਨੂੰ ਵੀ ਕੁੱਟ ਕੇ ਮਾਰ ਕੇ ਗਏ ਜੀ। 5-7 ਜਣੇ ਬੰਦੇ ਆਏ ਸੀ ਅਤੇ ਕੁੱਟ ਮਾਰ ਕੇ ਆਪਦੀ ਧੀ ਨੂੰ ਲੈ ਗਏ। ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਕਿ ਨਹੀਂ, ਅਸੀਂ ਆਪਦੀ ਧੀ ਇੱਕ ਵੀ ਤੁਸੀਂ ਵਿਆਹਤੀ ਆ, ਅਸੀਂ ਆਪਦੇ ਘਰ ਰੱਖਾਂਗੇ, ਸਾਡੀ ਨੌਂ ਇਸ ਘਰ ਦੀ, ਤੁਸੀਂ ਇਸ ਚੀਜ਼ ਦਾ ਖੇਡ ਬਣਾ ਲਈ ਆ ਕਿ ਕਿਤੇ ਲੈ ਗਏ ਕਿਤੇ ਛੱਡ ਗਏ ਜੀ। ਪਰ ਅਸੀਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਫੜਨ ਦੀ, ਪਰ ਇਸ ਬੰਦਿਆਂ ਨੇ ਜੀ ਮੇਰੀ ਭੂਆ ਨੂੰ ਬਹੁਤ ਹੀ ਘਰ ਆਣ ਕੇ ਕੁੱਟ ਮਾਰ ਕੀਤੀ, ਠੀਕ ਹੈ ਜੀ। ਇਸ ਗੱਲ ਤੋਂ ਮੁੰਡਾ ਪਰੇਸ਼ਾਨ ਹੋ ਕੇ ਇਸ ਚੀਜ਼ ਦਾ ਸਦਮਾ ਨਹੀਂ ਸਹਿ ਸਕਿਆ ਜੀ ਕਿ ਮੇਰੀ ਮਾਂ ਨੂੰ ਘਰ ਆਣ ਕੇ ਕੁੱਟ ਗਏ ਜੀ, ਅਤੇ ਮੇਰੀ ਜਨਾਨੀ ਵੀ ਚਲੀ ਗਈ, ਮੈਂ ਦੂਰੀ ਵਾਰ ਵਿਆਹ ਕਰਾਇਆ, ਇਹ ਵੀ ਨਹੀਂ ਘਰ ਮੇਰਾ ਵਸਿਆ ਜੀ, ਇਸ ਕਰਕੇ ਉਹ ਸੈੱਟ ਕਰ ਲਏ। ਮੁੰਡਾ ਜੀ ਮਾਮੇ ਦੁਕਾਨ 'ਤੇ ਆਈਸਕ੍ਰੀਮ ਵਾਲੀ ਦੁਕਾਨ 'ਤੇ ਲੱਗਾ ਜੀ। ਹਾਂਜੀ, ਘਰੋਂ ਗਿਆ ਤੇ ਘਰੋਂ ਗਿਆ ਜੀ, ਰਾਤ ਨੂੰ 9:30 ਵਜੇ ਦੱਸ ਕੇ ਨਹੀਂ ਗਿਆ ਜੀ ਕੁਛ ਵੀ, ਜਾਣੀ ਕਿ ਦਿਲ 'ਤੇ ਸਦਮਾ ਲੈ ਕੇ ਜੀ ਨਹਿਰ ਛਾਲ ਮਾਰ ਕੇ ਮਰ ਗਿਆ ਜੀ। ਘਰੋਂ ਗਿਆ ਤਾਂ ਤੁਹਾਨੂੰ ਉੱਥੋਂ ਕੀ ਮਿਲਿਆ? ਉੱਥੋਂ ਸਾਨੂੰ ਜੀ ਇਹਦਾ ਮੋਟਰਸਾਈਕਲ ਬਰਾਮਦ ਹੋਇਆ ਜੀ, ਉਹਦੇ ਵਿੱਚ ਜਿਹਦੇ ਸੁਸਾਈਟ ਦੇ ਜਿਹਦੇ ਨੰਬਰ ਲਿਖੇ ਜੀ ਨੇ, ਸਾਰਿਆਂ ਦੇ ਨਾਂ ਲਿਖੇ ਜੀ, ਸਹੁਰੇ ਪਰੇਸ਼ਾਨ ਹੋ ਜੀ, ਉਹਨਾਂ ਦੇ ਸਾਰੇ ਨਾਂ ਲਿਖੇ ਹੋਏ ਜੀ। ਉਹ ਪਰਚੀ ਮਿਲੀ ਹੈ ਜੀ ਸਾਨੂੰ ਬਕਾਇਦਾ। ਪਰਚੀ ਮਿਲੀ ਤੇ ਚਪਲਾਂ ਪਈਆਂ ਸੀ? ਜੀ ਚਪਲਾਂ ਪਈਆਂ ਜੀ। ਹਾਂਜੀ, ਡੈੱਡ ਬੋਡੀ ਸਾਨੂੰ 4 ਦਿਨਾਂ ਬਾਅਦ ਹੀ ਬਰਾਮਦ ਹੋਈ ਨਹਿਰਾਂ 'ਚ ਜੀ। ਕੀ ਕਾਰਵਾਈ ਦੀ ਇਹਨਾਂ ਤੇ ਸਖਤ ਕਾਰਵਾਈ? ਸਾਡੇ ਵੱਲੋਂ ਪੂਰੀ ਇਹੀ ਮੰਗ ਹੈ ਜੀ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ। ਅਸੀਂ ਹਾਂਜੀ ਬਹੁਤ ਪਰਿਵਾਰ ਬਹੁਤ ਪਰੇਸ਼ਾਨ ਹੈ, ਸਾਡਾ ਇਕੱਲਾ ਘਰਾ ਪੁੱਤ ਸੀ, ਅਸੀਂ ਇਸ ਵੱਲੋਂ ਬਹੁਤ ਦੁਖੀ ਹਾਂ ਜੀ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਰਕਾਰ ਵੱਲੋਂ। ਇਹ ਸਾਡੇ ਕੋਲ 25 ਤਰੀਕ ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਨਹਿਰ ਦੀ ਪਰਡੀ 'ਤੇ ਇੱਕ ਮੋਟਰਸਾਈਕਲ ਵਗੈਰਾ ਖੜ੍ਹਾ ਹੈ, ਜਿਹਦਾ ਵੀ ਸ਼ੱਕ ਆ ਵੀ ਇਹਨੇ ਕਹਿੰਦੇ ਨਹਿਰ ਦੇ ਵਿੱਚ ਛਾਲ ਵਗੈਰਾ ਮਾਰੀ ਹੈ, ਅਤੇ ਉਸ 'ਤੇ ਅਸੀਂ ਇਹਦੀ ਰਾਪਟ ਲਿਖ ਕੇ ਆਪਦੀ, ਅਤੇ ਅਸੀਂ ਆਪਦੀ ਉਹਨਾਂ ਨੂੰ ਕਿਹਾ ਸੀ ਵੀ ਜਦ ਤੱਕ ਇਹ ਡੈੱਡ ਬੋਡੀ ਨਹੀਂ ਸਾਨੂੰ ਕੋਈ ਮਿਲਦੀ, ਹੋ ਸਕਦਾ ਵੀ ਕਈ ਵਾਰੀ ਹੁੰਦਾ ਬੰਦਾ ਮੋਟਰਸਾਈਕਲ ਠਲਤਾ ਬੰਦਾ ਆਸੇ ਪਾਸੇ ਹੋ ਜਾਵੇ, ਅਤੇ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ ਸੀ ਮੌਕੇ 'ਤੇ। ਉਹਦੀ ਡੈੱਡ ਬੋਡੀ ਸਾਨੂੰ ਕੱਲ੍ਹ ਬਰਾਮਦ ਹੋਈ ਹੈ ਸ਼ਾਮ ਨੂੰ ਕੋਈ 5:15 ਵਜੇ ਦੇ ਕਰੀਬ, ਅਤੇ ਅਸੀਂ ਉਹ ਅੱਗੇ ਪਰਚਾ ਦਰਜ ਕਰ ਚੁੱਕੇ ਹਾਂ, ਅਤੇ ਬਾਕੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਹੋ ਜਾ ਰਹੀ ਹੈ। ਕੁਛ ਉੱਥੇ ਮਿਲਿਆ? ਕੋਈ ਸੁਸਾਈਡ ਵੀ ਮਿਲਿਆ? ਹਾਂਜੀ, ਇੱਕ ਸੁਸਾਈਡ ਨੋਟ ਹੈ ਜੀ, ਅਤੇ ਉਹਦਾ ਮੋਟਰਸਾਈਕਲ ਵਗੈਰਾ ਹੈ। ਕੀ ਲਿਖਿਆ ਸੀ ਉਹਦੇ 'ਤੇ? ਨਹੀਂ, ਉਹਦੇ ਬਾਰੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਇਹ ਨਹੀਂ। ਪਰਿਵਾਰ? ਹਾਂਜੀ, ਉਹਨਾਂ ਦਾ ਕੋਈ ਆਪਦਾ ਘਰੇਲੂ ਡਿਸਪਿਊਟ ਸੀਗਾ ਆਪਦੇ ਸਹੁਰਿਆਂ ਦੇ ਨਾਲ, ਅਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਪਰੇਸ਼ਾਨ ਕਰਦੇ ਸੀ? ਨਹੀਂ, ਉਹ ਚਲੋ ਜੋ ਵੀ ਸੀ ਉਹਨਾਂ ਦਾ ਘਰੇਲੂ ਮਾਮਲਾ ਸੀ, ਉਹਨਾਂ ਦਾ ਕੋਈ ਉਹਦਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਦਾ ਵੀ ਕੀ ਮਤਲਬ ਸੀ ਅਸਲ, ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਨਹੀਂ, ਇਹ ਅਕਿਊਜ ਨੇ ਜੋ ਵੀ ਉਹਨਾਂ ਨੇ ਸੁਸਾਈਡ ਦੇ ਵਿੱਚ ਇਹਨਾਂ ਬੰਦਿਆਂ ਦੇ ਨਾਂ ਲਿਖੇ ਨੇ ਅਸੀਂ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਤਾ ਹੈ, ਅਗਲੀ ਇਨਵੈਸਟੀਗੇਸ਼ਨ ਜਿਹੜੀ ਉਹ ਅੱਗੇ ਜਾਰੀ ਹੈ।